ਇੰਨੇ ਦਿਨਾਂ ਤੋਂ ਰੂਮ ਦੇ ਵਿੱਚ ਬੰਦ ਸੀਗਾ ਅਤੇ ਮੈਂ ਬਾਹਰ ਨਹੀਂ ਗਿਆ, ਦੇਖੋ ਲੋਕ ਲਾਇਆ ਅਤੇ ਇਸ ਰੂਮ ਦੇ ਵਿੱਚ ਇੱਦਾਂ ਮੈਂ ਇੱਥੇ ਸੌਂ ਜਾਂਦਾ ਸੀ, ਇੱਥੇ ਰੋਟੀ ਮਿਲ ਜਾਂਦੀ ਸੀ ਆਪਾਂ ਨੂੰ। ਅਤੇ ਚਲੋ ਜੀ, 15 ਦਿਨ ਬਹੁਤ ਔਖੇ ਲੰਘੇ। ਪਲੀਜ਼ ਤੁਸੀਂ ਵੀ ਸਾਰੇ ਜਾਣੇ ਹੈ ਨਾ ਖਿਆਲ ਰੱਖਿਓ ਆਪਣਾ, ਕਿਉਂਕਿ ਇਹਨੂੰ ਈਜ਼ੀਲੀ ਨਾ ਲਿਓ ਯਾਰ, ਕਿਉਂਕਿ ਇਟਲੀ ਦੇ ਵਿੱਚ ਕਾਫੀ ਇੱਦਾਂ ਦੀ ਪ੍ਰੋਬਲਮ, ਹਰ ਇੱਕ ਥੈਂ 'ਤੇ ਪ੍ਰੋਬਲਮ ਆ, ਖਤਰਾ ਤਾਂ ਕਰੋਨਾ ਬਿਮਾਰੀ ਤਾਂ ਹਰੇਕ ਥੈਂ 'ਤੇ ਹੈ ਨਾ। ਪਰ ਜਦੋਂ ਮੈਨੂੰ ਹੋਇਆ ਅਤੇ ਮੈਨੂੰ ਇਸ ਬਿਮਾਰੀ ਦਾ ਪਤਾ ਲੱਗਾ ਵੀ ਬਹੁਤ ਖਤਰਨਾਕ ਆ ਯਾਰ, ਅੰਦਰੋਂ ਅੰਦਰ ਹੀ ਟੁੱਟ ਜਾਂਦਾ ਬੰਦਾ ਜਦੋਂ ਕਾਂਬਾ ਲੱਗ ਕੇ, ਓਨਲੀ ਮੈਨੂੰ ਬੁਖਾਰ ਚੜਿਆ ਸੀਗਾ ਜਿੱਦਾਂ ਕਾਂਬਾ ਲੱਗ ਕੇ ਚੜਿਆ ਸੀਗਾ, ਬਹੁਤ ਜ਼ਿਆਦਾ ਵੀਕਨੈਸ ਮੈਂ ਫੀਲ ਕਰਦਾ ਹੈ ਨਾ। ਤੁਸੀਂ ਪਲੀਜ਼ ਮੇਰੇ ਭਰਾ, ਮੇਰੀਆਂ ਭੈਣਾਂ, ਫਰੈਂਡਸ ਜੋ ਵੱਡੇ ਛੋਟੇ ਹੈ ਨਾ, ਸਾਰੇ ਜਾਣੇ ਖਿਆਲ ਰੱਖੋ ਆਪਣਾ, ਜਦੋਂ ਬਾਹਰ ਜਾਂਦੇ ਹਾਂ ਹੱਥਾਂ ਨੂੰ ਸੈਨੀਟਾਈਜ਼ ਕਰੋ ਹੈ ਨਾ, ਅਤੇ ਇੱਕ ਦੂਜੇ ਦੇ ਨਾਲ ਬਾਹਲਾ ਹੱਥ ਨਾ ਮਿਲਾਓ, ਜਦੋਂ ਬੁਖਾਰ ਚੜ੍ਹਦਾ ਬੰਦੇ ਬਹੁਤ ਜ਼ਿਆਦਾ ਵੀਕਨੈਸ ਆ ਜਾਂਦੀ ਹੈ ਨਾ। ਸੋ ਮੈਨੂੰ ਅੱਜ 14 ਦਿਨ ਹੋ ਗਏ ਅਤੇ ਮੈਂ ਅੰਦਰ ਹਾਂ, ਅਤੇ ਅੱਜ ਫਿਰ ਦੁਬਾਰਾ ਟੈਸਟ ਹੋਇਆ, ਡਾਕਟਰ ਦੇ ਆਏ ਸੀਗੇ ਟੈਸਟ ਕਰਨ, ਅਤੇ ਕੋਈ ਦਵਾਈ ਨਹੀਂ ਖਾਧੀ, ਇੱਕ ਨੋਰਮਲ ਟੱਕ ਪਰੀਨਾ ਜਿੱਦਾਂ ਬੁਖਾਰ ਦੀ ਹੁੰਦੀ ਆ ਉਹ ਖਾਂਦਾ ਸੀ। ਅਤੇ ਅੱਜ ਫਿਰ ਟੈਸਟ ਹੋਏ ਸੀਗੇ ਅਤੇ ਟੈਸਟ ਹੋਇਆ ਅਤੇ ਹੁਣ ਸੋਮਵਾਰ ਨੂੰ, ਇਹ ਸੋਮਵਾਰ ਨੂੰ ਮੈਨੂੰ ਲੱਗਦਾ ਆ ਵੀ ਇਹਦੀ ਰਿਪੋਰਟ ਆਊਗੀ, ਅਤੇ ਫਿਰ ਕੰਮ ਅਤੇ ਜੋਬ ਵੀ ਜ਼ਰੂਰੀ ਹੈ ਨਾ, ਅਤੇ ਫਿਰ ਮੈਨੂੰ ਲੱਗਦਾ ਆ ਵੀ ਨੈਗੇਟਿਵ ਆਊਗੀ ਇਸ ਵਾਰ, ਕਿਉਂਕਿ ਮੈਂ ਬਿਲਕੁਲ ਠੀਕ ਹਾਂ, ਤੰਦਰੁਸਤ ਹਾਂ। ਅਤੇ ਤੁਹਾਡੇ ਨਾਲ ਨਹੀਂ, ਸੋਮਵਾਰ ਨੂੰ ਜਦੋਂ ਰਿਪੋਰਟ ਆ ਗਈ ਮੈਂ ਤੁਹਾਡੇ ਨਾਲ ਸਾਂਝੀ ਕਰੂੰਗੀ। ਲੈਣ ਦਾ ਸੀਗਾ ਇਹਨੂੰ ਵੀ ਕਿਤੇ ਜਾਣਾ, ਮੈਂ ਹੱਥ ਸੈਨੀਟਾਈਜ਼ ਨਹੀਂ ਕਰਨੇ ਜਾਂ ਬੰਦਾ ਨਾ ਨੋਰਮਲ ਕਰਦਾ, ਕਿਉਂਕਿ ਇੰਨਾ ਟਾਈਮ ਹੋ ਗਿਆ ਜਿੱਦਾਂ ਬੰਦਾ ਯੂਸ ਟੂ ਜਿਹਾ ਹੋ ਜਾਂਦਾ ਬਿਮਾਰੀ। ਪਹਿਲਾਂ ਤਾਂ ਅੱਜ ਤੋਂ 4 ਮਹੀਨੇ ਪਹਿਲਾਂ ਜੇ ਮੈਂ ਜਾਣੀ ਕਿ ਪੋਜ਼ੀਟਿਵ ਪਾਇਆ ਜਾਂਦਾ ਫਿਰ ਕੁਛ ਗੱਲਾਂ ਹੋਰ ਹੋਣੀਆਂ ਸੀਗੀਆਂ, ਇੱਕ ਦਿਲ ਦੇ ਵਿੱਚ ਦਹਿਲਕਾ ਸੀਗਾ, ਉਦੋਂ ਦਿਲ ਦੇ ਵਿੱਚ ਡਰ ਸੀਗਾ। ਹੁਣ ਕਿਤੇ ਨਾ ਕਿਤੇ ਮੈਂ ਵੀ ਹਲਕੇ ਦੇ ਵਿੱਚ ਲੈ ਗਿਆ, ਜਦੋਂ ਹਲਕੇ ਦੇ ਵਿੱਚ ਲੈ ਗਿਆ ਅਤੇ ਮੈਂ ਫਿਰ ਪੋਜ਼ੀਟਿਵ ਪਾਇਆ ਗਿਆ। ਸੋ ਮੈਨੂੰ ਇਹ ਬਿਮਾਰੀ ਨੇ ਹੋਰ, ਮੈਨੂੰ ਗਲੇ ਨੂੰ ਕੋਈ ਪ੍ਰੋਬਲਮ ਨਹੀਂ ਹੋਈ, ਕੋਈ ਕੁਛ ਨਹੀਂ ਹੋਇਆ, ਮੈਨੂੰ ਇੱਕ ਇਫੈਕਟ ਕੀਤਾ ਮੇਰੇ ਬੁਖਾਰ ਚੜ੍ਹਨੇ ਕੰਬੇ ਲੱਗਣੇ ਦੇ ਨਾਲ, ਮੈਨੂੰ ਕਮਜ਼ੋਰੀ ਬਹੁਤ ਹੋ ਗਈ, ਮੈਂ ਵੀਕਨੈਸ ਬਹੁਤ ਫੀਲ ਕਰਦਾ ਹੈ ਨਾ, ਅਤੇ ਇੱਕ ਮੈਨੂੰ ਸਮੈਲ ਆਉਣੋਂ ਹਟ ਗਈ ਸੀਗੀ। ਸੋ ਪਲੀਜ਼ ਤੁਸੀਂ ਸਾਰੇ ਜਾਣੇ ਆਪਣਾ ਧਿਆਨ ਰੱਖਿਓ, ਖਿਆਲ ਰੱਖਿਓ। ਅਤੇ ਅੱਜ ਮੇਰਾ ਫਿਰ ਦੁਬਾਰਾ ਟੈਸਟ ਹੋਇਆ, ਜਦੋਂ ਟੈਸਟ ਹੋਇਆ ਹੁਣ ਲੱਗਦਾ ਮੈਨੂੰ ਅੱਜ ਹੈਗੀ ਆ 22 ਤਰੀਕ ਆ, ਮੈਨੂੰ ਲੱਗਦਾ ਸੋਮਵਾਰ ਨੂੰ, ਅੱਜ ਤਾਂ ਸ਼ੁੱਕਰਵਾਰ ਆ, ਸੋਮਵਾਰ ਨੂੰ ਫਿਰ ਹੁਣ ਇਹਦੀ ਰਿਪੋਰਟ ਆਊਗੀ। ਫਿਰ ਜਦੋਂ ਰਿਪੋਰਟ ਆਊਗੀ ਹੁਣ ਜੇ ਤਾਂ ਜਾਣੀ ਕਿ ਨੈਗੇਟਿਵ ਹੋਈ, ਫਿਰ ਤਾਂ ਆਉਣ ਵਾਲੀ ਲਾਈਫ ਜਿੱਦਾਂ ਠੀਕ ਆ, ਇੱਦਾਂ ਚੱਲੀ ਜਾਣੀ, ਕੰਮ 'ਤੇ ਜਾਣਾ ਸ਼ੁਰੂ ਹੋ ਜਾਣਾ, ਸਰਟੀਫਿਕੇਟ ਦੇ ਦੇਣਾ ਕਲੀਅਰਟੀ ਦਾ ਨਾ। ਜੇ ਨਾ ਆ ਫਿਰ 15 ਦਿਨ ਫਿਰ ਅੰਦਰ ਵਾ ਰੂਮ ਦੇ ਵਿੱਚ ਰਹਿਣਾ ਯਾਰ, ਹੈਗਾ ਤਾਂ ਮੁਸ਼ਕਲ ਆ ਨਾ, ਪਰ ਕੀ ਕਰੀਏ ਜਿੱਦਾਂ ਰਹਿਣਾ ਪੈਂਦਾ, ਮਜਬੂਰੀ ਆ। ਸੋ ਪਲੀਜ਼ ਸਾਰੇ ਜਾਣੇ ਧਿਆਨ ਰੱਖਿਓ ਆਪਣਾ ਹੈ ਨਾ, ਅਤੇ ਆਈ ਹੋਪ ਕਿ ਸਾਰੇ ਠੀਕ ਹੋਣਗੇ, ਖੁਸ਼ ਹੋਣਗੇ ਨਾ। ਬਟਨ ਦੱਬ ਦਿਓ, ਕਿਉਂਕਿ ਆਉਣ ਵਾਲੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਆਉਣ ਵਾਲੇ ਟਾਈਮ ਦੇ ਵਿੱਚ ਸਾਡੀ ਪਲੈਨਿੰਗ ਆ ਕਿ ਤੁਹਾਨੂੰ ਇਟਲੀ ਦੇ ਵਿੱਚ ਜਿੰਨੀਆਂ ਵੀ ਸਿਟੀਆਂ ਆ ਜਾਂ ਕਿੱਦਾਂ ਅਲੱਗ ਅਲੱਗ ਬਲੋਕ ਬਣ ਕੇ ਹੈ ਨਾ, ਆਪਾਂ ਤੁਹਾਡੇ ਮੂਹਰੇ ਪੇਸ਼ ਕਰੀਏ ਕਦੇ ਕਿਤੇ। ਵੈਸੇ ਤਾਂ ਕਰਦੇ ਰਹਿੰਦੇ ਹਾਂ, ਕਦੇ ਜਰਮਨ ਚੱਲ ਗਿਆ ਕਦੇ ਕਿਤੇ, ਪਰ ਹੁਣ ਹੋਰ ਆਪਾਂ ਪ੍ਰੋਫੈਸ਼ਨਲ ਤੌਰ 'ਤੇ ਆਪਾਂ ਬਲੋਕ ਬਣਾਉਣਾ ਸ਼ੁਰੂ ਕਰਨੇ ਹਾਂ। ਸੋ ਪਲੀਜ਼ ਚੇਤਾ ਰੱਖਣਾ, ਸਬਸਕ੍ਰਾਈਬ ਕਰਨਾ, ਚੈਨਲ ਭੁੱਲਣਾ ਨਹੀਂ, ਅਤੇ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਤੁਹਾਡੇ ਲਈ ਬਹੁਤ ਵਧੀਆ ਵਧੀਆ ਬਹੁਤ ਹੀ ਜ਼ਿਆਦਾ ਵਧੀਆ ਪਲੈਨਿੰਗ ਕੀਤੀ ਆ, ਅਤੇ ਵਧੀਆ ਵਧੀਆ ਤੁਹਾਨੂੰ ਪੇਸ਼ ਕਰਾਂਗੇ, ਵਧੀਆ ਨੌਲੇਜ ਵਾਲੀਆਂ ਗੱਲਾਂ ਦੱਸਾਂਗੇ। ਸੋ ਥੈਂਕ ਯੂ ਤੁਹਾਡਾ ਆਪਣਾ ਜੀਐਸ ਭੇਜੋ, ਅਤੇ ਮਿਲਦੇ ਹਾਂ ਫਿਰ ਅਗਲੀ ਵੀਡੀਓ, ਨਵੀਆਂ ਜਗ੍ਹਾ, ਆਈ ਹੋਪ ਕਿ ਬਾਹਰ ਨਿਕਲਾਂਗੇ। ਓਕੇ, ਥੈਂਕ ਯੂ, ਬਾਏ ਬਾਏ।